15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਿਰੰਕਾਰੀ ਮੁਹੱਲੇ ਦੀ ਗਲੀ ਨੰਬਰ 3 ਦਾ ਉਦਘਾਟਨ ਕਰਨ ਪੁੱਜੇ ਹਲਕਾ ਵਿਧਾਇਕ ਸੁਰਿੰਦਰ ਡਾਵਰ ਦਾ ਵਾਰਡ ਨੰਬਰ 51 ਦੇ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਕਾਸ ਪੱਖੋਂ ਪਛੜੀ ਗਲੀ ਨੰਬਰ 3 ਹੁਣ ਪ੍ਰੀ ਮਿਕਸ ਦੇ ਮਟੀਰੀਅਲ ਨਾਲ ਤਿਆਰ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਲੀ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਸੁਰਿੰਦਰ ਡਾਵਰ ਅਤੇ ਇਲਾਕਾ ਕੌਂਸਲਰ ਇਕਬਾਲ ਸਿੰਘ ਸੋਨੂ ਡੀਕੋ ਵੱਲੋਂ ਕੀਤਾ ਗਿਆ। ਵਿਧਾਇਕ ਡਾਵਰ ਨੇ ਦੱਸਿਆ ਕਿ ਹਲਕੇ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ। ਕੌਂਸਲਰ ਸੋਨੂ ਡੀਕੋ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਗਲੀਆਂ ਅਜਿਹੀਆਂ ਹਨ ਜੋ ਵਿਕਾਸ ਪੱਖੋਂ ਅੱਖੋਂ ਪਰੋਖੇ ਕੀਤੀਆਂ ਗਈਆਂ ਸਨ, ਪਰ ਹੁਣ ਇਹਨਾਂ ਗਲੀਆਂ ਵਿੱਚ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜੋ ਨਿਰੰਤਰ ਜਾਰੀ ਰਹੇਗਾ। ਵਾਰਡ ਨੰਬਰ 51 ਸਾਡੇ ਕੌਂਸਲਰ ਸੋਨੂ ਡੀਕੋ ਜੀ ਧਰਮ ਪਤਨੀ ਆ। ਇਸ ਹਲਕੇ ਦੇ ਆਪਣਾ ਰੰਗਕਾਰੀ ਕੁਚੇ ਨੰਬਰ 3 ਦੇ ਵਿੱਚ 15 ਲੱਖ ਦੀ ਲਾਗਤ ਨਾਲ ਸੜਕ ਦਾ ਉਦਘਾਟਨ ਕੀਤਾ। ਸੜਕ ਦੀ ਬੜੀ ਮਾੜੀ ਹਾਲਤ ਸੀ, ਲੋਕਾਂ ਦੀ ਇੱਛਾ ਸੀ ਕਿ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ, ਸਾਨੂੰ ਰਾਹਤ ਮਿਲੇ। ਸੋ ਮੈਂ ਸਮਝਦਾ ਕਿ ਅੱਜ ਸੋਨੂ ਜੀ ਦੇ ਸਦਕਾ ਅਤੇ ਅਸੀਂ ਜਿਹੜੀ ਇਹ ਗਲੀਆਂ ਦਾ ਕੰਮ ਹੈ ਸ਼ੁਰੂ ਕੀਤਾ ਔਰ ਬੜੀ ਜਲਦੀ ਪੂਰਾ ਹੋ ਜਾਏਗਾ। ਹੋਰ ਵੀ ਵਿਕਾਸ ਦੇ ਕੰਮ ਅਸੀਂ ਜੰਗੀ ਪੱਧਰ 'ਤੇ ਕਰਾਂਗੇ ਤਾਂ ਕਿ ਇਸ ਹਲਕੇ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਹੁੰਦੀ, ਰਹਿਣ ਦਿੱਤੀ ਜਾਵੇਗੀ। ਭਾਅ ਜੀ, ਨਿਰੰਕਾਰੀ ਮਹੱਲਾ ਗਲੀ ਨੰਬਰ 3 ਜੋ ਕਿ ਗਲੀ ਦੀ ਹਾਲਤ ਬਹੁਤ ਖਸਤਾ ਸੀ, 15 ਸਾਲ ਹੋ ਗਏ ਗਲੀ ਬਣੀ ਨਹੀਂ। ਇਹਦਾ ਸੀਵਰੇਜ ਦਾ ਕੰਮ ਤਕਰੀਬਨ 1 ਸਾਲ ਪਹਿਲਾਂ ਅਸੀਂ ਇਹਦਾ ਕਰਾਇਆ ਸੀ 5 ਲੱਖ ਦੀ ਲਾਗਤ ਨਾਲ, ਹੁਣ 15 ਲੱਖ ਦੀ ਲਾਗਤ ਨਾਲ ਇਹ ਸੀਮੈਂਟ ਰੋਡ ਬਣਨ ਜਾ ਰਹੀ ਹੈ। ਔਰ ਇਲਾਕੇ 'ਚ ਜੋ ਵਿਕਾਸ ਦੀ ਗਤੀ ਹਲਕਾ MLA ਸੁਰਿੰਦਰ ਡਾਵਰ ਦੀ ਅਗਵਾਈ 'ਚ ਅਸੀਂ ਇਲਾਕੇ ਦਾ ਚੌਮੁਖੀ ਵਿਕਾਸ, ਹਰ ਇਲਾਕੇ ਦੀ ਹਰ ਗਲੀ ਹਰ ਸੜਕ ਜਿਹਦੀ ਹਾਲਤ ਖਰਾਬ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਜਾ ਰਹੇ ਹਾਂ। 15 ਲੱਖ ਰੁਪਏ ਦੀ ਲਾਗਤ ਨਾਲ ਗਲੀ ਨੰਬਰ 3 ਦੇ ਇਲਾਕਾ ਨਿਵਾਸੀਆਂ ਦੀ ਜਿਹੜੀ ਡਿਮਾਂਡ ਸੀ ਉਹਨੂੰ ਮੁੱਖ ਰੱਖਦੇ ਹੋਏ ਇਹ ਕੰਮ ਕਰਨ ਜਾ ਰਹੇ ਹਾਂ। ਨਵੀਂ ਗਲੀ ਨੰਬਰ 3 ਜੀ, ਜਿਹਦੀ ਹਾਲਤ ਬਹੁਤ ਹੀ ਖਰਾਬ ਸੀ, ਪਿਛਲੇ 15 ਸਾਲ ਤੋਂ ਇਹ ਗਲੀ ਨਹੀਂ ਬਣੀ। ਵਾਰ ਵਾਰ ਕਹਿਣ ਦੇ ਬਾਵਜੂਦ ਵੀ ਅਸੀਂ ਇਕਬਾਲ ਸਿੰਘ ਸੋਨੂ ਡੀਕੋ ਕੌਂਸਲ ਸਾਹਿਬ ਨੂੰ ਕਿਹਾ ਅਤੇ MLA ਸਾਹਿਬ ਦੇ ਸਹਿਯੋਗ ਨਾਲ ਇਹ ਗਲੀ ਬਣਨ ਜਾ ਰਹੀ ਹੈ ਅਤੇ ਸਾਰੇ ਮਹੱਲੇ ਨਿਵਾਸੀ ਇਸ ਨਾਲ ਬਹੁਤ ਖੁਸ਼ ਨੇ, ਸਾਰੇ ਮਹੱਲੇ ਨਿਵਾਸੀ ਦੇ ਖੜ੍ਹੇ ਹੋਏ ਨੇ। ਅਸੀਂ ਡੀਕੋ ਸਾਹਿਬ ਦਾ ਅਤੇ MLA ਸਾਹਿਬ ਦਾ ਧੰਨਵਾਦ ਕਰਦੇ ਹਾਂ। ਇਹ ਗਲੀ ਦੀ ਹਾਲਤ ਬਹੁਤ ਖਰਾਬ ਸੀ, ਇਸ ਕਰਕੇ ਅਸੀਂ ਡੀਕੋ ਸਾਹਿਬ ਨੂੰ ਕਿਹਾ ਬਣਾਓ ਅਤੇ ਹੁਣ ਸਾਨੂੰ ਗਲੀ ਬਣਾਉਣ ਲੱਗੇ। ਲੁਧਿਆਣਾ ਤੋਂ ਗੁਰਮੀਤ ਨਿਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।